ਇਸ ਲਈ ਤੁਹਾਨੂੰ ਗੈਸ ਬਰਨਰ, ਪੇਪਰ ਕਲਿੱਪ ਚਾਹੀਦੇ ਹਨ। ਪੇਪਰ ਕਲਿੱਪ ਸਟੀਲ ਦੇ ਬਣੇ ਹੋਣੇ ਚਾਹੀਦੇ ਹਨ ਅਤੇ ਇਹਨਾਂ ਨੂੰ ਖਿੱਚ ਕੇ ਇੱਕ ਲੰਬੀ ਤਾਰ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਦੋਨੋਂ ਪੇਪਰ ਕਲਿੱਪ ਨੂੰ ਸਿੱਧਾ ਕਰਕੇ ਤਾਰ ਦੀ ਤਰ੍ਹਾਂ ਬਣਾ ਲਓ। ਇੱਕ ਕਲਿੱਪ ਨੂੰ ਪਲਾਸ ਦੀ ਸਹਾਇਤਾ ਨਾਲ ਪਕੜ ਕੇ ਇਸ ਨੂੰ ਗੈਸ ਉੱਪਰ ਗਰਮ ਕਰੋ ਉਦੋਂ ਤੱਕ ਜਦੋਂ ਤੱਕ ਕਿ ਲਾਲ ਨਾ ਹੋ ਜਾਵੇ। ਫਿਰ ਇਸ ਨੂੰ ਪਾਣੀ ਵਿੱਚ ਪਾਓ। ਇਹ ਤਾਰ ਕਮਰੇ ਦੇ ਤਾਪਮਾਨ 'ਤੇ ਆ ਜਾਵੇਗੀ। ਹੁਣ ਤੁਸੀਂ ਇਸ ਨੂੰ ਮੋੜਨ ਦੀ ਕੋਸ਼ਿਸ਼ ਕਰੋ। ਤੁਸੀਂ ਦੇਖੋਗੇ ਕਿ ਤਾਰ ਅੱਗੇ ਤੋਂ ਬਹੁਤ ਸਖਤ ਹੋ ਗਈ ਹੈ ਅਤੇ ਇਸ ਨੂੰ ਮੋੜਨਾ ਮੁਸ਼ਕਿਲ ਹੋ ਗਿਆ ਹੈ। ਹੁਣ ਦੂਸਰੀ ਤਾਰ ਨੂੰ ਵੀ ਗਰਮ ਕਰੋ। ਹੁਣ ਇਸ ਨੂੰ ਵੀ ਠੰਡਾ ਕਰੋ, ਪਰ ਪਾਣੀ ਵਿੱਚ ਪਾ ਕੇ ਨਹੀਂ, ਬਲਕਿ ਕੁਦਰਤੀ ਵਾਤਾਵਰਣ ਵਿੱਚ। ਇਸ ਨੂੰ ਠੰਡਾ ਹੋਣ ਵਿੱਚ ਵਧੇਰੇ ਸਮਾਂ ਲੱਗੇਗਾ। ਹੁਣ ਇਸ ਨੂੰ ਵੀ ਮੋੜ ਕੇ ਦੇਖੋ। ਤੁਸੀਂ ਦੇਖੋਗੇ ਕਿ ਇਹ ਤਾਰ ਪਹਿਲਾਂ ਵਾਲੀ ਤਾਰ ਤੋਂ ਬਹੁਤ ਨਰਮ ਹੈ ਅਤੇ ਆਸਾਨੀ ਨਾਲ ਮੁੜ ਸਕਦੀ ਹੈ। ਇਸ ਵਾਰ ਇਸ ਤਾਰ ਕੋਲ ਕਾਫੀ ਸਮਾਂ ਸੀ ਆਪਣੇ ਕ੍ਰਿਸਟਲਸ ਨੂੰ ਮੁੜ ਸਥਾਪਿਤ ਕਰਨ ਦਾ। ਇਸ ਪ੍ਰਯੋਗ ਰਾਹੀਂ ਤੁਸੀਂ ਦਿਖਾ ਸਕਦੇ ਹੋ ਕਿ ਤੁਸੀਂ ਧਾਤ ਨੂੰ ਗਰਮ ਕਰਕੇ ਵੱਧ ਸਖਤ ਬਣਾ ਸਕਦੇ ਹੋ।